ਸਤਿ ਸ਼੍ਰੀ ਅਕਾਲ ਜੀ, ਪੀਰੀਸੀ ਫੇਸਬੁੱਕ ਲਾਈਵ ਵੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਰਾਧਾ ਸਾਨੀ ਔਰ ਇਸ ਵੇਲੇ ਦੀਆਂ ਕੁਝ ਅਹਿਮ ਖਬਰਾਂ ਤੇ ਅਸੀਂ ਨਜ਼ਰ ਪਾਵਾਂਗੇ। ਜੇ ਗੱਲ ਅਸੀਂ ਕਰੀਏ ਸਭ ਤੋਂ ਪਹਿਲਾਂ ਅਫਗਾਨਿਸਤਾਨ ਦੀ, ਜਿੱਥੇ ਲਗਾਤਾਰ ਹਾਲਾਤ ਚਿੰਤਾਜਨਕ ਬਣੇ ਹੋਏ ਨੇ। ਲੋਕ ਉਥੋਂ ਦੀ ਕਿਸੇ ਨਾ ਕਿਸੇ ਤਰ੍ਹਾਂ ਆਪਣੀ ਜਾਨ ਬਚਾ ਕੇ ਕਿਸੇ ਦੂਜੇ ਮੁਲਕ ਜਾਣ ਦੀ ਫਿਰਾਕ ਵਿੱਚ ਨੇ, ਲੇਕਿਨ ਅਜਿਹਾ ਹੋ ਨਹੀਂ ਪਾ ਰਿਹਾ ਕਿਉਂਕਿ ਹਲੇ ਵੀ ਏਅਰਪੋਰਟ ਤੇ, ਕਾਬੁਲ ਏਅਰਪੋਰਟ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਉੱਥੇ ਲੋਕ ਜਮ੍ਹਾਂ ਨੇ, ਲੇਕਿਨ ਕਿਸੇ ਤਰ੍ਹਾਂ ਦਾ ਉਹਨਾਂ ਨੂੰ ਕੋਈ ਰਾਹ ਨਹੀਂ ਮਿਲ ਰਿਹਾ ਕਿ ਉਹ ਆਪਣੀ ਹਿਫਾਜ਼ਤ ਕਰ ਸਕਣ। ਹਾਲਾਂਕਿ ਜੇ ਤਾਲਿਬਾਨ ਦੀ ਗੱਲ ਕੀਤੀ ਜਾਏ, ਉਸ ਵੱਲੋਂ ਇਹ ਜ਼ਰੂਰ ਬੀਤੇ ਦਿਨੀ ਪ੍ਰੈਸ ਕਾਨਫਰੰਸ ਕਰਕੇ ਦਾਅਵਾ ਕੀਤਾ ਗਿਆ ਕਿ ਲੋਕਾਂ ਨੂੰ ਡਰਨ ਦੀ ਲੋੜ ਨਹੀਂ ਹੈ, ਭੱਜਣ ਦੀ ਲੋੜ ਨਹੀਂ, ਉਹਨਾਂ ਦੀ ਹਿਫਾਜ਼ਤ ਕੀਤੀ ਜਾਏਗੀ। ਲੇਕਿਨ ਦੱਸ ਦੇ ਕਿ ਤਾਲਿਬਾਨ ਦਾ ਅਸਲ ਚਿਹਰਾ ਹੌਲੀ ਹੌਲੀ ਸਾਹਮਣੇ ਨਜ਼ਰ ਜ਼ਰੂਰ ਆ ਰਿਹਾ, ਕਿਉਂਕਿ ਕਈ ਅਜਿਹੀਆਂ ਤਸਵੀਰਾਂ, ਕਈ ਅਜਿਹੇ ਘਟਨਾਵਾਂ ਵਾਪਰੀਆਂ ਨੇ ਜਿਸ ਤੋਂ ਪਤਾ ਲੱਗ ਰਿਹਾ ਕਿ ਤਾਲਿਬਾਨ ਦੇ ਇਰਾਦੇ ਕੁਝ ਬਹੁਤੇ ਚੰਗੇ ਨਹੀਂ, ਕੁਝ ਬਹੁਤਾ ਤਾਲਿਬਾਨ ਦੇ ਅੰਦਰ ਕੋਈ ਬਦਲਾਵ ਨਹੀਂ ਆਇਆ। ਔਰ ਜਿਸ ਤਰ੍ਹਾਂ ਦੇ ਨਾਲ ਇਸ ਵੇਲੇ ਦੱਸ ਦਈਏ ਕਿ ਇੱਕ ਅਹਿਮ ਖਬਰ ਆ ਰਹੀ ਹੈ ਕਿ ਜਿਹੜੀ ਕਿ ਨਿਊਜ਼ ਐਂਕਰਸ ਨੇ, ਫੀਮੇਲ ਨਿਊਜ਼ ਐਂਕਰਸ, ਕਿਉਂਕਿ ਲਗਾਤਾਰ ਇੱਕ ਬਦਲਾਵ ਦੇਖਿਆ ਗਿਆ ਸੀਗਾ ਪਿਛਲੇ 20 ਸਾਲਾਂ 'ਚ, ਲੇਕਿਨ ਹੁਣ ਉਹਨਾਂ ਨੂੰ ਬੈਨ ਕਰ ਦਿੱਤਾ ਗਿਆ। ਹਾਲਾਂਕਿ ਇਹ ਕਿਹਾ ਗਿਆ ਕਿ ਕੁਝ ਸ਼ਰਤਾਂ ਨਾਲ ਉਹਨਾਂ ਨੂੰ ਕੋਈ ਹੋਰ ਕੰਮ ਕਰਨ ਦਿੱਤਾ ਜਾਏਗਾ, ਲੇਕਿਨ ਉਹ ਟੀਵੀ 'ਤੇ ਨਹੀਂ ਆ ਸਕਣਗੇ। ਜਿਸ ਤਰ੍ਹਾਂ ਮੈਂ ਤੁਹਾਡੇ ਨਾਲ ਇਸ ਵੇਲੇ ਰੂਬਰੂ ਹੋ ਰਹੀ ਹਾਂ, ਇਸ 'ਤੇ ਉਹਨਾਂ ਨੇ ਬੈਨ ਲਗਾਤਾ। ਔਰ ਇਸ ਤੋਂ ਇਲਾਵਾ ਦੱਸ ਦਈਏ ਕਿ ਇੱਕ ਅਹਿਮ ਖਬਰ ਇਹ ਵੀ ਆ ਰਹੀ ਹੈ ਕਿ ਅਫਗਾਨਿਸਤਾਨ ਦੀ ਜਿਹੜੀ ਪਹਿਲੀ ਮਹਿਲਾ ਗਵਰਨਰ ਸੀ ਸਲੀਮਾ, ਉਸਨੂੰ ਚੁੱਕ ਲਿਆ ਗਿਆ, ਤਾਲਿਬਾਨ ਨੇ ਉਸਨੂੰ ਚੁੱਕ ਲਿਆ। ਉਹ ਇੱਕ ਅਜਿਹੀ ਮਹਿਲਾ ਕਹਿ ਸਕਦੇ ਹਾਂ ਜਿਸਨੇ ਕਿ ਤਾਲਿਬਾਨ ਦਾ ਡਟ ਕੇ ਮੁਕਾਬਲਾ ਕੀਤਾ, ਇੱਥੇ ਤੱਕ ਕਿ ਉਸਨੇ ਬੰਦੂਕ ਵੀ ਚੁੱਕੀ, ਜਿੱਥੇ ਕਿ ਕਈ ਅਜਿਹੇ ਨੇਤਾ ਰਹੇ ਜਿਹੜੇ ਅਫਗਾਨਿਸਤਾਨ ਦੇ, ਜਿਨ੍ਹਾਂ ਨੇ ਇਸ ਔਖੀ ਘੜੀ ਦੇ ਵਿੱਚ ਆਪਣੀ ਜਨਤਾ ਦਾ ਸਾਥ ਦੇਣ ਦੀ ਬਜਾਏ ਉੱਥੋਂ ਦੀ ਆਪਣੀ ਜਾਨ ਬਚਾਈ। ਇੱਥੇ ਤੱਕ ਕਿ ਰਾਸ਼ਟਰਪਤੀ ਅਸ਼ਰਫ ਗਨੀ ਜਿਹੜੇ ਨੇ, ਮੰਨਿਆ ਜਾ ਰਿਹਾ ਕਿ 4 ਗੱਡੀਆਂ ਲੈ ਕੇ ਜਿਸ ਵਿੱਚ ਆਪਣਾ ਪੈਸਾ ਔਰ ਜੋ ਵੀ ਸਮਾਨ ਸੀ ਆਪਣੇ ਆਪ ਨੂੰ ਉਹਨਾਂ ਨੇ ਮਹਿਫੂਜ਼ ਕਰ ਲਿਆ, ਔਰ ਦੇਸ਼ ਦੀ ਜਨਤਾ ਜਿਹੜੀ ਕਿ ਉਹਨਾਂ ਤੋਂ ਉਮੀਦ ਕਰ ਰਹੀ ਸੀ ਕਿ ਉਹਨਾਂ ਦੀ ਹਿਫਾਜ਼ਤ ਕੀਤੀ ਜਾਏਗੀ, ਉਸ ਦੇ ਵਿੱਚ ਉਹ ਪੂਰੀ ਤਰ੍ਹਾਂ ਦੇ ਨਾਲ ਅਸਫਲ ਹੋਏ, ਨਿਰਾਸ਼ ਉਹਨਾਂ ਨੇ ਜਨਤਾ ਨੂੰ ਕੀਤਾ। ਔਰ ਲਗਾਤਾਰ ਇਸ ਨੂੰ ਲੈ ਕੇ ਪੂਰੀ ਦੁਨੀਆ ਵਿੱਚ ਚਿੰਤਾ ਜਿਹੜੀ ਹੈ ਤਾਲਿਬਾਨ ਨੂੰ ਲੈ ਕੇ ਪਾਈ ਜਾ ਰਹੀ ਹੈ, ਜੋ ਹਾਲਾਤ ਇਸ ਵੇਲੇ ਅਫਗਾਨਿਸਤਾਨ 'ਚ ਨਜ਼ਰ ਆ ਰਹੇ ਨੇ। ਔਰ ਖਾਸ ਤੌਰ 'ਤੇ ਭਾਰਤ ਵੀ ਇਸ ਨੂੰ ਲੈ ਕੇ ਚਿੰਤਾ 'ਚ ਹੈ, ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਨੂੰ ਲੈ ਕੇ ਇੱਕ CCS ਦੀ ਮੀਟਿੰਗ ਵੀ ਅਹਿਮ ਕੀਤੀ, ਜਿਸ ਵਿੱਚ ਅਮਿਤ ਸ਼ਾਹ, ਗ੍ਰਹਿ ਮੰਤਰੀ ਮੌਜੂਦ ਸਨ, ਰਾਜਨਾਥ ਸਿੰਘ ਜਿਹੜੇ ਨੇ ਰੱਖਿਆ ਮੰਤਰੀ ਉਹ ਮੌਜੂਦ ਸਨ। ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਸਾਫ਼ ਕੀਤਾ ਹੈ ਕਿ ਜਿੰਨੇ ਵੀ ਭਾਰਤੀ ਉੱਥੇ ਫਸੇ ਹੋਏ ਨੇ, ਜਿਹੜੇ ਆਪਣੇ ਮੁਲਕ ਆਉਣਾ ਚਾਹੁੰਦੇ ਨੇ, ਉਸ ਦੇ ਲਈ ਰਾਹ ਪੱਧਰਾ ਕੀਤਾ ਜਾਏਗਾ, ਨਜ਼ਰ ਉਹ ਪੂਰੀ ਤਰ੍ਹਾਂ ਨਾਲ ਰੱਖ ਰਹੇ ਨੇ। ਉਹਨਾਂ ਦਾ ਇਹ ਸਾਫ਼ ਤੌਰ 'ਤੇ ਆਸ਼ਵਾਸਨ ਉੱਥੇ ਦੇ ਲੋਕਾਂ ਨੂੰ ਦਿੱਤਾ ਗਿਆ ਕਿ ਜਿਹੜੇ ਵੀ ਭਾਰਤ ਆਉਣਾ ਚਾਹੁੰਦੇ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਸਹਿਯੋਗ ਮਿਲੇਗਾ, ਔਰ ਇਸ ਦੇ ਲਈ ਕਦਮ ਚੁੱਕੇ ਜਾਣ ਦਾ ਜਿਹੜਾ ਹੈ ਭਰੋਸਾ ਦਿੱਤਾ ਗਿਆ। ਅਜਿਹੇ ਵਿਚਕਾਰ ਦੇਖਣਾ ਹੋਵੇਗਾ ਕਿ ਕਦੋਂ ਜਿਹੜੇ ਲੋਕ ਨੇ ਆਪਣੇ ਦੇਸ਼ ਵਾਪਸ ਆ ਸਕਣਗੇ। ਹਾਲਾਂਕਿ ਬੀਤੇ ਦਿਨੀ ਕਾਬੁਲ ਤੋਂ ਜਿਹੜਾ ਹੈ ਇੱਕ ਐਫੋਜ਼ਾ ਪਲੇਨ ਨਿਕਲਿਆ, 120 ਜਿਹੜੇ ਭਾਰਤੀ ਨੇ ਉਹ ਭਾਰਤ ਪਹੁੰਚੇ ਨੇ, ਸੁੱਖ ਦਾ ਸਾਹ ਉਹਨਾਂ ਦੇ ਲਿਆ, ਉਹਨਾਂ ਦੇ ਪਰਿਵਾਰਕ ਮੈਂਬਰਾਂ 'ਚ ਇਸ ਨੂੰ ਲੈ ਕੇ ਖੁਸ਼ੀ ਪਾਈ ਜਾ ਰਹੀ ਹੈ। ਲੇਕਿਨ ਹਾਲਾਤ ਜਿਹੜੇ ਨੇ ਅਫਗਾਨਿਸਤਾਨ 'ਚ ਕੋਈ ਬਹੁਤੇ ਚੰਗੇ ਨਹੀਂ ਆ ਰਹੇ ਨੇ। ਹਾਲਾਂਕਿ ਪ੍ਰੈਸ ਕਾਨਫਰੰਸ 'ਚ ਉਹਨਾਂ ਨੇ ਦਾਅਵਾ ਜ਼ਰੂਰ ਕੀਤਾ ਹੈ ਕਿ ਅਸੀਂ ਬਿਲਕੁਲ ਅਜਿਹਾ ਕੁਛ ਨਹੀਂ ਕਰਾਂਗੇ ਜਿਸ ਨਾਲ ਤੁਹਾਨੂੰ ਕੋਈ ਤਣਾਅ ਹੋਵੇ। ਲੇਕਿਨ ਇੱਕ ਤਸਵੀਰ ਇਹ ਵੀ ਸਾਹਮਣੇ ਆਈ ਕਿ ਇੱਕ ਚੋਰ ਕਹਿ ਕੇ ਇੱਕ ਸ਼ਖਸ ਨੂੰ ਫੜਿਆ ਗਿਆ, ਉਸਦਾ ਮੂੰਹ ਕਾਲਾ ਕੀਤਾ ਗਿਆ, ਉਸਨੂੰ ਲਟਕਾ ਦਿੱਤਾ ਗਿਆ। ਸੋ ਇਹ ਤਾਲਿਬਾਨੀ ਰੰਗ ਜਿਹੜੇ ਨੇ ਉਹ ਹੌਲੀ ਹੌਲੀ ਨਜ਼ਰ ਆ ਰਹੇ ਨੇ। ਖਾਸ ਤੌਰ 'ਤੇ ਮਹਿਲਾਵਾਂ ਜਿਹੜੀਆਂ ਨੇ ਇਸ ਨੂੰ ਲੈ ਕੇ ਬੇਹੱਦ ਚਿੰਤਿਤ ਨਜ਼ਰ ਆ ਰਹੀਆਂ ਨੇ। ਸੋ ਕੀ ਕੁਝ ਅੱਗੇ ਆਉਣ ਵਾਲੇ ਦਿਨਾਂ 'ਚ ਹੋਏਗਾ, ਇਸ ਨੂੰ ਵੀ ਲੈ ਕੇ ਅਸੀਂ ਨਜ਼ਰ ਇਸ 'ਤੇ ਖਬਰ 'ਤੇ ਬਣਾਏ ਰੱਖਾਂਗੇ। ਬਹਿਰਹਾਲ ਗੱਲ ਕਰੀਏ ਹੁਣ ਕੋਰੋਨਾ ਦੀ, ਤਾਂ ਕੋਰੋਨਾ ਦੀ ਦੂਜੀ ਲਹਿਰ ਹਾਲੇ ਵੀ ਮੁੱਕੀ ਨਹੀਂ ਹੈ, ਲੇਕਿਨ ਤੀਜੀ ਲਹਿਰ ਦੀ ਚਿੰਤਾ ਜਿਹੜੀ ਹੈ ਉਹ ਲਗਾਤਾਰ ਸਤਾਰੀ ਹੈ। ਇਸ ਵੇਲੇ ਜੇ ਆਂਕੜਿਆਂ ਦੀ ਗੱਲ ਕਰੀਏ ਤਾਂ ਸੋਮਵਾਰ ਨੂੰ ਜਿੱਥੇ 25,166 ਕੇਸਿਸ ਸਾਹਮਣੇ ਆਏ ਸੀ, ਉੱਥੇ ਹੀ ਮੰਗਲਵਾਰ ਨੂੰ ਇਹ ਵੱਧ ਕੇ 35,178 ਹੋ ਗਏ ਨੇ, ਜਿੱਥੇ ਕਿ ਕਈ ਥਾਵਾਂ 'ਤੇ ਸੂਬਿਆਂ ਦੇ ਵਿੱਚ ਸਕੂਲ ਖੋਲ੍ਹਤੇ ਗਏ ਨੇ। ਲੇਕਿਨ ਇਹ ਵੀ ਹੁਣ ਆਂਕੜੇ ਸਾਹਮਣੇ ਆ ਰਹੇ ਨੇ ਕਿ ਬੱਚੇ ਵੱਡੇ ਪੱਧਰ 'ਤੇ ਪੋਜ਼ਿਟਿਵ, ਕੋਰੋਨਾ ਪੋਜ਼ਿਟਿਵ ਪਾਏ ਜਾ ਰਹੇ ਨੇ, ਜਿਸ ਨੂੰ ਲੈ ਕੇ ਚਿੰਤਾ ਬਣੀ ਹੋਈ ਹੈ। ਇਸ ਵੇਲੇ ਜਿਹੜੇ ਆਂਕੜੇ ਨੇ, ਇਸ ਜੋ ਮੰਗਲਵਾਰ ਨੂੰ ਆਂਕੜਾ ਹੈ 35,000 ਦੇ ਕਰੀਬ ਹੈ ਆਂਕੜੇ, ਉਸ ਵਿੱਚ ਕੇਰਲਾ ਵਿੱਚ 21,000 ਤੋਂ ਪਾਰ ਇਹ ਆਂਕੜਾ ਕਰ ਗਿਆ। ਕੇਰਲਾ ਇਸ ਵੇਲੇ ਮੋਰੀ ਹੈ ਸਭ ਤੋਂ ਵੱਧ ਪੋਜ਼ਿਟਿਵ ਕੇਸਿਸ ਨੂੰ ਲੈ ਕੇ, 440 ਮੌਤਾਂ ਜਿਹੜੀਆਂ ਨੇ ਬੀਤੇ 24 ਘੰਟਿਆਂ 'ਚ ਹੋਈਆਂ ਨੇ, ਜਿਨ੍ਹਾਂ ਦੇ ਵਿੱਚ 127 ਮੌਤਾਂ ਸਿਰਫ ਕੇਰਲਾ 'ਚ ਹੋਈਆਂ ਨੇ। ਉੱਥੇ ਮਹਾਰਾਸ਼ਟਰ ਦੇ ਵਿੱਚ ਵੀ 116 ਮੌਤਾਂ ਹੋਈਆਂ ਨੇ। ਇਸ ਨੂੰ ਲੈ ਕੇ ਮਹਾਰਾਸ਼ਟਰ ਸਰਕਾਰ ਨੇ ਇਹ ਫੈਸਲਾ ਵੀ ਲਿਆ, ਹਾਲਾਂਕਿ ਕਿਉਂਕਿ ਹੌਲੀ ਹੌਲੀ ਪਾਬੰਦੀਆਂ ਹਟਾਈਆਂ ਗਈਆਂ, ਲੇਕਿਨ 2 ਦਿਨ ਹੀ ਹੋਏ ਸਨ ਮਾਲ ਨੂੰ ਖੁੱਲ੍ਹਿਆ ਅਤੇ ਮਾਲ ਨੂੰ ਹੁਣ ਬੰਦ ਕਰਨ ਦਾ ਫੈਸਲਾ ਕੀਤਾ ਗਿਆ। ਉੱਥੇ ਹਿਮਾਚਲ ਦੇ ਵਿੱਚ ਵੀ ਕੇਸਿਸ ਜਿਹੜੇ ਨੇ ਸਾਹਮਣੇ ਆ ਰਹੇ ਨੇ, 300 ਦੇ ਜ਼ਿਆਦਾ ਮਾਮਲੇ ਜਿਹੜੇ ਨੇ ਪਿਛਲੇ 24 ਘੰਟਿਆਂ 'ਚ ਹਿਮਾਚਲ ਪ੍ਰਦੇਸ਼ ਵਿੱਚ ਸਾਹਮਣੇ ਆਏ ਨੇ। ਉੱਥੇ ਕਈ ਬੱਚੇ ਜਿਹੜੇ ਪੋਜ਼ਿਟਿਵ ਪਾਏ ਗਏ ਨੇ। ਹਾਲਾਂਕਿ ਪੰਜਾਬ ਸਰਕਾਰ ਨੇ ਇਸ ਨੂੰ ਲੈ ਕੇ ਪਹਿਲਾਂ ਹੀ ਆਪਣੀ ਸਖਤੀ ਕਰ ਦਿੱਤੀ ਹੈ, RT-PCR ਨੈਗੇਟਿਵ ਰਿਪੋਰਟ ਦਿਖਾਉਣੀ ਲਾਜ਼ਮੀ ਕੀਤੀ ਗਈ ਹੈ, ਫੁੱਲੀ ਵੈਕਸੀਨੇਟਡ ਤੁਹਾਨੂੰ ਰਿਪੋਰਟ ਵਿਖਾਉਣੀ ਹੋਏਗੀ। ਔਰ ਸਾਫ਼ ਪੰਜਾਬ ਸਰਕਾਰ ਨੇ ਕੀਤਾ ਸੀ ਕਿ ਜਿਹੜੇ ਲੋਕ ਆਉਣਾ ਚਾਹੁੰਦੇ ਨੇ ਖਾਸ ਤੌਰ 'ਤੇ ਹਿਮਾਚਲ ਪ੍ਰਦੇਸ਼ ਜਾਂ ਜੰਮੂ ਤੋਂ, ਸੋ ਉਹਨਾਂ 'ਤੇ ਹੋਰ ਵੀ ਜ਼ਿਆਦਾ ਕਰੜੀ ਨਜ਼ਰ ਰੱਖੀ ਜਾ ਰਹੀ ਹੈ, ਕਿਉਂਕਿ ਇਹਨਾਂ ਸੂਬਿਆਂ ਦੇ ਵਿੱਚ
ਪੋਜ਼ਿਟਿਵ ਕੇਸਿਸ ਖਾਸੇ ਪਾਏ ਜਾ ਰਹੇ ਨੇ। ਅਜੇ ਵਿਚਕਾਰ ਇਹਤਿਆਤ ਵਰਤਣ ਦੀ ਲਗਾਤਾਰ ਜਿਹੜੇ ਮਾਹਿਰ ਉਹ ਸਲਾਹ ਦੇ ਰਹੇ ਨੇ, ਲੇਕਿਨ ਕਿੰਨੀ ਕੁ ਸਲਾਹ ਮੰਨ ਰਹੇ ਨੇ ਲੋਕ, ਇਹ ਦੇਖਣਾ ਬਹੁਤ ਅਹਿਮ ਰਹੇਗਾ। ਸੋ ਇਹ ਇਸ ਵੇਲੇ ਕੋਰੋਨਾ ਨੂੰ ਲੈ ਕੇ ਦੇਸ਼ ਭਰ ਦੇ ਵਿੱਚ ਹਾਲਾਤ ਨੇ। ਸੋ ਅਸੀਂ ਵੀ ਇਹੀ ਸਭ ਨੂੰ ਅਪੀਲ ਕਰਾਂਗੇ ਕਿ ਇਹਤਿਆਤ ਵਰਤੀ ਜਾਏ ਔਰ ਜਿਹੜੇ ਤਮਾਮ ਨਿਯਮ ਨੇ ਕੋਰੋਨਾ ਨੂੰ ਲੈ ਕੇ ਉਸਦੀ ਪਾਲਣਾ ਕੀਤੀ ਜਾਏ। ਫਿਲਹਾਲ ਇੱਥੇ ਹੀ ਰੁਕਦੇ ਹਾਂ, ਲੇਕਿਨ ਖਬਰਾਂ ਦਾ ਸਿਲਸਿਲਾ ਪੀਰੀਸ ਨਿਊਜ਼ 'ਤੇ ਲਗਾਤਾਰ ਜਾਰੀ ਰਹੇਗਾ।